ਸਾਤਰੀਆ ਕਾਲ ਤੁਸੀਂ ਦੇਖ ਰਹੇ ਆ ਪੰਜਾਬ ਮੀਲ ਯੂਐਸਸੀ ਟੀਵੀ ਮਹਿਬਾਰਨ ਕੌਮਾਨ ਖਬਰਾਂ ਦੇ ਬਲਟਨ ਵਿੱਚ ਤੁਹਾਡਾ ਸਵਾਗਤ ਖਬਰਾਂ ਦੇ ਬਲਟਨ ਦੇ ਸਪான்ਸਰ ਰੇਲਟਰ ਗੁਰਜਤਿੰਦਰ ਸਿੰਘ ਰੰਦਾਵਾ ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵਿੱਚ ਜਾਂ ਸਕਦੀ ਹੈ ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਹੁਣ ਪੇਸ਼ ਨੇ ਪਹਿਲਾਂ ਝੂਣਗੀਆਂ ਖਬਰਾਂ ਮੈਕਸੀਕੋ ਦੇ ਵਿੱਚ 50 ਪ੍ਰਵਾਸੀਆਂ ਨਾਲ ਭਰੀ ਬੱਸ ਅਗਵਾ ਰਿਹਾਈ ਲਈ ਮੰਗੇ ਗਏ ਕਰੋੜਾਂ ਰੁਪਏ ਵਾਈਡਨ ਜੀ7 ਸੰਮੇਲਨ ਤੋਂ ਪਹਿਲਾਂ ਜਾਪਾਨ ਦੇ ਰਾਸ਼ਟਰਪਤੀ ਦੇ ਨਾਲ ਕਰਨਗੇ ਮੁਲਾਕਾਤ ਅਮਰੀਕਾ ਬਾਰਡਰ ਪੈਟਰੋਲ ਅਧਿਕਾਰੀਆਂ ਦੀ ਹਿਰਾਸਤ ਵਿੱਚ 8 ਸਾਲਾਂ ਬੱਚੀ ਦੀ ਮੌਤ ਹੁਣ ਕੈਨੇਡਾ ਦੇ ਵਿਜ਼ਟਰ ਵੀਜ਼ਾ ਨਹੀਂ ਹੋਣਗੇ ਰੱਦ ਵਿਦੇਸ਼ ਮੰਤਰੀ ਦਾ ਬਿਆਨ ਟਿਕਟੌਕ ਤੇ ਪੂਰੀ ਤਰ੍ਹਾਂ ਬੈਨ ਲਗਾਉਣ ਵਾਲਾ ਪਹਿਲਾ ਅਮਰੀਕੀ ਸੂਬਾ ਬਣਿਆ ਮੌਨਟਾਨਾ ਕੈਨੇਡਾ 'ਚ ਅਜੇ ਜਾਰੀ ਰਹਿ ਸਕਦੀ ਹੈ ਅਲਬਰਟਾ ਦੇ ਜੰਗਲਾਂ ਦੀ ਅੱਗ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ ਮੈਕਸੀਕੋ ਤੋਂ ਹੈਰਾਨੀ ਜਨਕ ਖਬਰ ਸਾਹਮਣੇ ਆਈ ਹੈ ਜੀ ਹਾਂ ਜਾਣਕਾਰੀ ਦੇ ਮੁਤਾਬਕ ਮੈਕਸੀਕੋ ਚ ਇੱਕ ਗੈਂਗ ਨੇ ਕਰੀਬ 50 ਪ੍ਰਵਾਸੀਆਂ ਨੂੰ ਲਿਜਾ ਰਹੀ ਇੱਕ বাস ਨੂੰ ਅਗਵਾ ਕਰ ਲਿਆ ਨੌ ਲੋਕ ਬਾਅਦ ਵਿੱਚ ਮਿਲ ਗਏ ਇਸ ਮਾਮਲੇ ਦੇ ਵਿੱਚ ਰਾਸ਼ਟਰਪਤੀ ਆਂਦਰੇਸ ਮੈਨੂਅਲ ਨੇ ਦੱਸਿਆ ਕਿ ਨੈਸ਼ਨਲ ਗਾਰਡ ਦੇ ਜਵਾਨ ਉੱਤਰੀ ਸ਼ਹਿਰ ਮੇਤੂਹਾਲਾਂ ਦੇ ਆਸ-ਪਾਸ ਦੇ ਇਲਾਕੇ 'ਚ ਪ੍ਰਵਾਸੀਆਂ ਦੀ ਭਾਲ ਕਰ ਰਹੇ ਨੇ ਪ੍ਰਵਾਸੀ ਦੱਖਣੀ ਰਾਜ ਚਾਹ ਪਾਸ ਤੋਂ ਇੱਕ ਬੱਸ ਵਿੱਚ ਉੱਤਰ ਵੱਲ ਅਮਰੀਕੀ ਸਰਹੱਦ ਵੱਲ ਜਾ ਰਹੇ ਸਨ ਜਦੋਂ ਬਾਹਨ ਯਾਤਰੀਆਂ ਅਤੇ ਡਰਾਈਵਰ ਨੂੰ ਅਗਵਾ ਕਰ ਲਿਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਲਾਪਤਾ ਲੋਕਾਂ 'ਚੋਂ 9 ਲੋਕ ਮਿਲੇ ਨੇ ਉਹਨਾਂ 'ਚੋਂ 6 ਪੁਰਸ਼ ਤੇ 3 ਔਰਤਾਂ ਨੇ ਹਾਲਾਂਕਿ ਪੁਲਿਸ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਹ 9 ਲੋਕ ਕਿੱਥੋਂ ਮਿਲੇ ਸਨ ਦੱਸਦੀ ਕਿ ਬਾਸ ਕੰਪਨੀ ਦੇ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਅਗਵਾ ਮਾਮਲੇ ਦੀ ਜਾਣਕਾਰੀ ਦਿੱਤੀ ਸੀ ਤੇ ਦੱਸਿਆ ਸੀ ਕਿ ਪ੍ਰਵਾਸੀਆਂ ਦੀ ਰਿਹਾਈ ਲਈ ਉਸ ਤੋਂ 1500 ਡਾਲਰ ਜਿਹੜੇ ਹੈ ਉਹਨਾਂ ਦੀ ਮੰਗ ਕੀਤੀ ਗਈ ਹੈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਬੀਰਵਾਰ ਨੂੰ ਜਪਾਨ ਪਹੁੰਚੇ ਜਿੱਥੇ ਉਹ ਜੀ7 ਸੰਮੇਲਨ ਤੋਂ ਪਹਿਲਾਂ ਰਾਸ਼ਟਰਪਤੀ ਫੂਮਿਓ ਦੇ ਨਾਲ ਨਿੱਜੀ ਤੌਰ ਤੇ ਮੁਲਾਕਾਤ ਕਰਨਗੇ ਦੋਹਾਂ ਦੇਸ਼ਾਂ ਦੇ ਮੁਖੀਆਂ ਵਿਚਾਲੇ ਇਹ ਮੁਲਾਕਾਤ ਇਸ ਗੱਲ ਦਾ ਸੰਕੇਤ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਸਬੰਧ ਕਿਸ ਤਰ੍ਹਾਂ ਡੁੰਗੇ ਹੋਇਨੇ ਹਿਰੋਸ਼ੀਮਾ ਕਿਸ਼ਦਾਦਾ ਜੱਦੀ ਸ਼ਹਿਰ ਹੈ ਅਤੇ ਇੱਥੇ ਜੀ7 ਸਿਖਰ ਸੰਮੇਲਨ ਹੋ ਰਿਹਾ ਹੈ ਇਹ ਉਥਾਂ ਜਿੱਥੇ ਅਮਰੀਕਾ ਨੇ 1945 ਦੇ ਵਿੱਚ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਪਰਮਾਣੂ ਬੰਬ ਸੁੱਟਿਆ ਸੀ ਅਤੇ ਹੁਣ ਇਸੇ ਸਥਾਨ ਤੇ ਅਮਰੀਕਾ ਜਾਪਾਨ ਅਤੇ ਉਸਤੇ ਸਹਿਯੋਗੀ ਦੇਸ਼ ਯੂਕਰੇਨ ਉੱਤੇ ਰੂਸ ਦੇ ਹਮਲੇ ਨੂੰ ਲੈ ਕੇ ਰਣਨੀਤਿਕ ਚਰਚਾ ਕਰਨਗੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਨੇ ਕਿਹਾ ਕਿ ਰੂਸੀ ਹਮਲੇ ਦਾ ਮੁੱਦਾ ਮਹੱਤਵਪੂਰਨ ਹੈ ਅਤੇ ਇਸ ਤੇ ਸੰਮੇਲਨ ਦੇ ਵਿੱਚ ਪ੍ਰਮੁਖਤਾਂ ਦੇ ਨਾਲ ਚਰਚਾ ਕਰਨੀ ਹੋਏਗੀ ਸੁਲੀਵਾਨ ਨੇ ਕਿਹਾ ਕਿ ਵਾਈਡਨ ਅਤੇ ਕਿਸ਼ਦਾ ਵਿਚਕਾਰ ਬੈਠਕ ਦਾ ਉਦੇਸ਼ ਪਿਛਲੇ 2 ਸਾਲਾਂ ਚ ਸਾਰੇ ਖੇਤਰਾਂ ਚ ਵਿਕਸਿਤ ਹੋਏ ਸਬੰਧਾਂ ਨੂੰ ਅੱਗੇ ਵਧਾਉਣਾ ਹੈ ਅਮਰੀਕਾ ਵਿਖੇ ਬਾਰਡਰ ਪੈਟਰੋਲ ਅਧਿਕਾਰੀਆਂ ਦੀ ਹਿਰਾਸਤ ਵਿੱਚ ਬੁੱਧਵਾਰ ਨੂੰ ਇੱਕ 8 ਸਾਲ ਦੀ ਬੱਚੀ ਦੀ ਮੌਤ ਹੋ ਗਈ ਅਧਿਕਾਰੀਆਂ ਨੇ ਕਿਹਾ ਕਿ ਇੱਕ ਬਹੁਤ ਹੀ ਦੁਰਲਭ ਘਟਨਾ ਹੈ ਬਾਰਡਰ ਪੈਟਰੋਲ ਦੀ ਮੂਲ ਏਜੰਸੀ ਯੂ ਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਇੱਕ ਬਿਆਨ ਚ ਕਿਹਾ ਕਿ ਬੱਚੀ ਅਤੇ ਉਸਦੇ ਪਰਿਵਾਰ ਨੂੰ ਰਿਓ ਗ੍ਰਾਂਡੇ ਵੈਲੀ ਵਿਖੇ ਟੈਕਸਾਸ ਦੇ ਹਰਲਿੰਗਨ ਵਿੱਚ ਇੱਕ ਸਟੇਸ਼ਨ ਤੇ ਰੱਖਿਆ ਗਿਆ ਸੀ ਜੋ ਕਿ ਗੈਰ ਕਾਨੂੰਨੀ ਕ੍ਰਾਸਿੰਗ ਦੇ ਲਈ ਸਭ ਤੋਂ ਵਿਅਸਤ ਕਲਿਆਰੀਆਂ ਦੇ ਵਿੱਚੋਂ ਇੱਕ ਹੈ। ਬਿਆਨ ਦੇ ਮੁਤਾਬਕ ਬੱਚੀ ਨੂੰ ਮੈਡੀਕਲ ਐਮਰਜੈਂਸੀ ਦਾ ਅਨੁਪਾਪ ਹੋਇਆ ਅਤੇ ਉਸਨੂੰ ਨੀਡਲੇ ਹਸਪੀਟਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਬਿਆਨ ਵਿੱਚ ਬੱਚੀ ਦੀ ਕੌਮੀਅਤ ਦਾ ਖੁਲਾਸਾ ਨਹੀਂ ਕੀਤਾ ਗਿਆ ਜਾਂ ਘਟਨਾ ਬਾਰੇ ਬਾਧੂ ਜਾਣਕਾਰੀ ਨਹੀਂ ਦਿੱਤੀ ਗਈ। ਮਿਲਰ ਨੇ ਕਿਹਾ ਕਿ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦਾ ਅੰਦਰੂਨੀ ਮਾਮਲਿਆਂ ਦਾ ਦਫ਼ਤਰ ਮਾਮਲੇ ਦੀ ਜਾਂਚ ਕਰੇਗਾ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਇਨਸਪੈਕਟਰ ਜਰਨਲ ਅਤੇ ਹਰਲਿੰਗ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸਰਜੈਂਟ ਹਰਲਿੰਗ ਪੁਲਿਸ ਵਿਭਾਗ ਦੇ ਬੁਲਾਰੇ ਲੈਰੀ ਮੋਰ ਨੇ ਕਿਹਾ ਕਿ ਉਹਨਾਂ ਨੂੰ ਮੌਤਵਾਰੀ ਕੋਈ ਜਾਣਕਾਰੀ ਨਹੀਂ ਹੈ ਇੱਕ ਅਦਾਲਤੀ ਫਾਈਲਿੰਗ ਮੁਤਾਬਕ ਮਹਾਮਾਰੀ ਦੇ ਨਾਲ ਸੰਬੰਧਿਤ ਪਨਾਹ ਪਾਬੰਦੀਆਂ ਦੀ ਮਿਆਦ ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਬਾਰਡਰ ਗਸ਼ਤ ਨੇ 10 ਮਈ ਨੂੰ 28717 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ ਜੋ ਕਿ ਦੋ ਹਫ਼ਤੇ ਪਹਿਲਾਂ ਤੋਂ ਦੁੱਗਣੀ ਗਿਣਤੀ ਸੀ ਐਤਵਾਰ ਤੱਕ ਸੰਖਿਆ 23% ਕੱਟ ਕੇ 22269 ਹੋ ਗਈ ਸੀ ਜੋ ਅਜੇ ਵੀ ਅਸਾਧਾਰਨ ਤੌਰ ਤੇ ਉੱਚੀ ਹੈ ਐਤਵਾਰ ਨੂੰ ਹਿਰਾਸਤ ਵਿੱਚ ਔਸਤ ਸਮਾਂ 70 ਘੰਟੇ ਸੀ ਜੋ ਕਿ ਏਜੰਸੀ ਪਾਲਿਸੀ ਅਦੀਨ ਅਦਿਕਤਮ ਆਗਿਆ ਤੋਂ 5 ਘੰਟੇ ਬਾਅਦ ਸੀ ਪਿਛਲੇ ਹਫਤੇ ਬਾਰਡਰ ਪੈਟਰੋਲ ਨੇ ਅਮਰੀਕਾ ਦੇ ਵਿੱਚ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਅਦਾਲਤ ਵਿੱਚ ਪੇਸ਼ ਹੋਣ ਤੋਂ ਬਿਨਾ ਨੋਟਿਸ ਦਿੱਤੇ ਛੱਡਣਾ ਸ਼ੁਰੂ ਕਰ ਦਿੱਤਾ ਇਸ ਦੀ ਬਜਾਏ ਉਸ ਨੂੰ 60 ਦਿਨਾਂ ਦੇ ਅੰਦਰ ਇੱਕ ਇਮੀਗ੍ਰੇਸ਼ਨ ਦਫ਼ਤਰ ਵਿੱਚ ਰਿਪੋਰਟ ਕਰਨ ਦਾ ਨਿਰਦੇਸ਼ ਦਿੱਤਾ ਫਲੋਰੀਡਾ ਵਿੱਚ ਇੱਕ ਸੰਗੀ ਜੱਜ ਨੇ ਤੁਰੰਤ ਰਿਹਾਈ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਇਸ ਤੋਂ ਇਲਾਵਾ ਪਿਛਲੇ ਹਫਤੇ ਵੀ ਇਕੱਲੇ ਸਫ਼ਰ ਕਰ ਰਹੇ 17 ਸਾਲਾ ਮੌਂਦੂਰਾਨ ਲੜਕੇ ਦੀ ਯੂਐਸ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੀ ਹਿਰਾਸਤ ਵਿੱਚ ਮੌਤ ਹੋ ਗਈ ਸੀ ਪਿਛਲੇ 2 ਸਾਲਾਂ ਤੋਂ ਪੜ੍ਹਾਈ ਲਈ ਵਰਕ ਪਰਮਿਟ ਜਾਂ ਇੱਥੇ ਪੱਕਿਆਂ ਲੋਕਾਂ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਕੈਨੇਡਾ ਬੁਲਾਉਣ ਦੇ ਲਈ ਲਗਾਈ ਜਾਂਦੀ ਵਿਜ਼ਟਰ ਵੀਜ਼ਾ ਦੀ ਫਾਈਲ ਤੇ ਅਕਸਰ ਲਿਖ ਦਿੱਤਾ ਜਾਂਦਾ ਸੀਗਾ ਕਿ ਉਹਨਾਂ ਨੇ ਕੈਨੇਡਾ ਤੋਂ ਵਾਪਸ ਨਹੀਂ ਜਾਣਾ ਜਾਂ ਹੋਰ ਛੋਟਾਂ ਕਾਰਨ ਕਰਕੇ ਵੀਜ਼ਾ ਰੱਦ ਕਰ ਦਿੱਤਾ ਜਾਂਦਾ ਸੀ ਹੁਣ ਉਹ ਵੀਜ਼ਾ ਰੱਦ ਨਹੀਂ ਹੋਣਗੇ ਤੇ ਇਸ ਦੇ ਨਾਲ ਹੀ ਪਹਿਲਾਂ 45 ਦਿਨਾਂ ਦਾ ਸਮਾਂ ਵੀ ਘਟਾ ਕੇ 28 ਦਿਨ ਦਾ ਕਰ ਦਿੱਤਾ ਹੈ ਤੇ ਅਪਲਾਈ ਕਰਨ ਤੋਂ ਬਾਅਦ 30 ਦਿਨਾਂ ਦੇ ਅੰਦਰ ਉਹਨਾਂ ਨੂੰ ਵਿਜ਼ਟਰ ਵੀਜ਼ਾ ਦਿੱਤਾ ਜਾਏਗਾ ਸੰਸਦ ਵਿੱਚ ਕਈ ਪੰਜਾਬੀ ਮੈਂਬਰ ਪਾਰਲੀਮੈਂਟ ਮੈਂਬਰਾਂ ਨੇ ਆਵਾਜ਼ ਉਠਾਈ ਹੈ ਕਿ ਹਜ਼ਾਰਾਂ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਸਾਲ ਤੋਂ ਵੱਧ ਸਮਾਂ ਹੋ ਗਿਆ ਤੇ ਉਹਨਾਂ ਦੀਆਂ ਫਾਈਲਾਂ ਅਜੇ ਤੱਕ ਨਹੀਂ ਖੁੱਲੀਆਂ ਦੇ ਵਿਦੇਸ਼ ਮੰਤਰੀ ਇਸ ਦਾ ਜਵਾਬ ਦੇਣ ਕੇ ਇਸ ਦਾ ਕੀ ਕਾਰਨ ਹੈ ਤੇ ਨਾਲ ਹੀ ਵਾਪਸ ਨਾ ਜਾਣ ਦਾ ਉਹਨਾਂ ਕੋਲ ਕੀ ਜਵਾਬ ਹੈ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਤੋਂ ਆਉਣ ਵਾਲੇ ਵਿਜ਼ਿਟਰਸ ਨੂੰ ਹੁਣ 28 ਦਿਨ ਤੇ ਪਾਕਿਸਤਾਨ ਨੂੰ 825 ਦਿਨ ਦਾ ਸਮਾਂ ਲੱਗੇਗਾ ਤੇ ਕੈਨੇਡਾ ਸਰਕਾਰ ਪਾਕਿਸਤਾਨ ਨੂੰ ਘੱਟ ਸਮਾਂ ਲਾਗੂ ਕਰਨ ਤੇ ਵੀ ਸੋਚ ਰਹੀ ਹੈ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਣ ਦੇ ਲਈ ਲਗਾਈ ਫਾਈਲ ਦੇ ਸਾਰੇ ਕਾਗਜ਼ ਪੱਤਰ ਠੀਕ ਠਾਕ ਪਾਈ ਜਾਂਦੇ ਨੇ ਤਾਂ ਇਸ ਮਹੀਨੇ ਤੋਂ ਉਹਨਾਂ ਨੂੰ ਵਿਜ਼ਟਰ ਵਿਤਾਂ ਤੇ ਇਸ ਮਹੀਨੇ ਤੋਂ ਉਹਨਾਂ ਨੂੰ ਵਿਜ਼ਟਰ ਵੀਜ਼ਾ ਦਿੱਤਾ ਜਾ ਰਿਹਾ ਹੈ ਅਮਰੀਕਾ ਦੇ ਮੌਨਟਾਨਾ ਨੇ ਟਿਕਟੌਕ ਤੇ ਪੂਰੀ ਤਰ੍ਹਾਂ ਬੈਨ ਲਗਾ ਦਿੱਤਾ ਟਿਕਟੌਕ ਤੇ ਪੂਰੀ ਤਰ੍ਹਾਂ ਬੈਨ ਲਗਾਉਣ ਵਾਲਾ ਇਹ ਪਹਿਲਾ ਅਮਰੀਕੀ ਸੂਬਾ ਬਣ ਗਿਆ ਹੈ ਮੌਨਟਾਨਾ ਦੁਆਰਾ ਲਗਾਏ ਗਏ ਇਸ ਬੈਨ ਤੇ ਟਿਕਟੌਕ ਨੇ ਕਿਹਾ ਕਿ ਇਹ ਕਦਮ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਮੌਨਟਾਨਾ ਦੇ ਗਵਰਨਰ ਗ੍ਰੇਗ ਨੇ ਬੁੱਧਵਾਰ ਨੂੰ ਚਾਈਨਾ ਦੀ ਮਲਕੀਅਤ ਵਾਲੀ ਟਿਕਟੌਕ ਤੇ ਚਾਈਨਾ ਦੁਆਰਾ ਕਿਤਿਤਕੂਫੀਆ ਜਾਣਕਾਰੀ ਇਕੱਠੀ ਕਰਨ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਸੂਬੇ ਵਿੱਚ ਇਸ ਦੇ ਇਸਤੇਮਾਲ ਅਤੇ ਸੰਚਾਲਨ ਤੇ ਬੈਨ ਲਗਾਉਣ ਵਾਲੇ ਕਾਨੂੰਨ ਤੇ ਦਸਤਖਤ ਕੀਤੇ ਨੇ ਜਿਸ ਤੋਂ ਬਾਅਦ ਇਹ ਪ੍ਰਸਿੱਧ ਸ਼ਾਰਟ ਵੀਡੀਓ ਐਪ ਟਿਕਟੌਕ ਤੇ ਬੈਨ ਲਗਾਉਣ ਵਾਲਾ ਪਹਿਲਾ ਅਮਰੀਕੀ ਸੂਬਾ ਬਣ ਗਿਆ ਹੈ ਇਸ ਸੰਬੰਧ ਵਿੱਚ ਗੂਗਲ ਅਤੇ ਐਪਲ ਨੂੰ ਵੀ ਅਲਰਟ ਕੀਤਾ ਗਿਆ ਹੈ ਕਿ ਮੋਂਟਾਨਾ ਦੇ ਅੰਦਰ ਦੋਵਾਂ ਕੰਪਨੀਆਂ ਦੇ ਐਪ ਸਟੋਰ ਤੇ ਟਿਕਟੌਕ ਨਜ਼ਰ ਨਹੀਂ ਆਉਣਾ ਚਾਹੀਦਾ ਹਾਲਾਂਕਿ ਟਿਕਟੌਕ ਦੇ ਇਸਤੇਮਾਲ ਤੇ ਕੋਈ ਜ਼ੁਰਮਾਨਾ ਨਹੀਂ ਲਗਾਇਆ ਗਿਆ जे पर जेकर किसे ऐप स्टोर ते टिकटॉक पाया जांदा है ता प्रतिदिन 10000 डॉलर ਦਾ ਜੁਰਮਾਨਾ ਲਗਾਇਆ ਜਾਏਗਾ ਇਹ ਬੈਨ 1 ਜਨਵਰੀ 2024 ਤੋਂ ਲਾਗੂ ਹੋਣਾ ਹੈ ਅਤੇ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਲਗਭਗ ਤੈ ਹੈ ਹਾਲਾਂਕਿ ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਬੈਨ ਨੂੰ ਲਾਗੂ ਕਰਨਾ ਮੁਸ਼ਕਿਲ ਹੋ ਸਕਦਾ ਹੈ ਐਪ ਤੇ ਬੈਨ ਲਗਾਉਣ ਵਾਲੇ ਗਵਰਨਰ ਦੇ ਦੁਆਰਾ ਦਸਤਖਤ ਕੀਤੇ ਹੋਏ ਬਿੱਲ ਦਾ ਉਦੇਸ਼ ਨਾਗਰਿਕਾਂ ਨੂੰ ਵਿਦੇਸ਼ੀ ਪ੍ਰਭਾਵ ਤੋਂ ਬਚਾਉਣਾ ਹੈ ਕਿਉਂਕਿ ਟਿਕਟੌਕ ਦੀ ਮਲਕੀਅਤ ਬੀਜਿੰਗ ਸਥਿਤ ਬਾਈਟਡਾਂਸ ਕੋਲ ਹੈ ਟਿਕਟੌਕ ਨੇ ਇੱਕ ਬਿਆਨ ਵਿਚ ਇਹ ਹੈ ਕਿ ਨਵਾਂ ਕਾਨੂੰਨ ਟਿਕਟੌਕ ਤੇ ਗੈਰ ਕਾਨੂੰਨੀ ਰੂਪ ਦੇ ਨਾਲ ਬੈਨ ਲਗਾ ਕੇ ਮੋਂਟਾਨਾ ਦੇ ਲੋਕਾਂ ਦੇ ਪਹਿਲੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਬਿਆਨ ਚ ਅੱਗੇ ਕਿਹਾ ਗਿਆ ਕਿ ਕੰਪਨੀ ਮੋਂਟਾਨਾ ਦੇ ਅੰਦਰ ਅਤੇ ਬਾਹਰ ਆਪਣੇ ਯੂਜ਼ਰਸ ਦੇ ਅਧਿਕਾਰਾਂ ਲਈ ਕੰਮ ਕਰਨਾ ਜਾਰੀ ਰੱਖੇਗੀ ਕੈਨੇਡਾ ਸਲਬਟਾ ਸੂਬੇ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਹੁਣ ਤੱਕ ਕਾਫੀ ਨੁਕਸਾਨ ਹੋ ਚੁੱਕਾ ਹੈ ਇਸ ਕਾਰਨ ਬਹੁਤ ਸਾਰੇ ਲੋਕ ਬੇਕਰ ਹੋ ਗਏ ਅਤੇ ਲੱਖਾਂ ਹੈਕਟੇਅਰ ਖੇਤਰ ਸੜ ਕੇ ਸੁਆਹ ਹੋ ਗਿਆ ਅੱਗੇ ਵੀ ਕਈ ਮਹੀਨੇ ਤੱਕ ਇਹ ਅੱਗ ਬੁਝਾਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ ਐਮਰਜੈਂਸੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੰਗਲਾਂ ਵਿੱਚ ਲੱਗੀ ਇਹ ਅੱਗ ਕਈ ਮਹੀਨੇ ਜਾਰੀ ਰਹਿ ਸਕਦੀ ਹੈ ਐਮਰਜੈਂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰੀ ਅਤੇ ਕੇਂਦਰੀ ਅਲਬਰਟਾ ਦੇ ਵਿੱਚ ਲੱਗੀ ਜੰਗਲੀ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਦੇ ਵਿੱਚ ਮਹੀਨਿਆਂ ਦਾ ਸਮਾਂ ਵੀ ਲੱਗ ਸਕਦਾ ਹੈ ਅਲਬਰਟਾ ਦੇ ਵਿੱਚ ਜੰਗਲੀ ਅੱਗ ਦਾ ਸੰਕਟ ਲੰਬੇ ਸਮੇਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਅਮਰੀਕਾ ਵਿੱਚ ਇੱਕ 28 ਸਾਲਾ ਭਾਰਤੀ ਨਾਗਰਿਕ ਨੇ ਕਈ ਸਾਲਾਂ ਤੋਂ ਮੇਲ ਅਤੇ ਵਾਇਰ ਧੋਖਾਧੜੀ ਕਰਨ ਦੀ ਅੰਤਰਰਾਸ਼ਟਰੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਸਵੀਕਾਰ ਕੀਤਾ ਹੈ ਜਿਸ ਦੇ ਤਹਿਤ ਅਮਰੀਕਾ ਵਿੱਚ ਸੈਂਕੜੇ ਪੀੜਤਾਂ ਤੋਂ ਲੱਖਾਂ ਡਾਲਰ ਦੀ ਵਸੂਲੀ ਕੀਤੀ ਗਈ ਸੀ ਟੈਕਸਾਸ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕੀ ਟਾਰਨੀ আলমਦਾਰ ਐਸ ਹਮਦਾਨੀ ਨੇ ਦੱਸਿਆ ਇਕਨਸਾਸ ਦੇ ਹੈਬਰ ਸਪਰਿੰਗਜ਼ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਜ਼ਹੀਨ ਮਾਲਵੀ ਨੇ ਟੈਲੀ ਮਾਰਕੀਟਿੰਗ ਸਕੀਮ ਘੁਟਾਲੇ ਵਿੱਚ ਭਾਰਤੀ ਕਾਲ ਸੈਂਟਰਾਂ ਦੀ ਮਦਦ ਕੀਤੀ ਹਮਦਾਨੀ ਨੇ ਕਿਆ ਕਿ ਨਾ ਘੁਟਾਲਿਆਂ ਨੂੰ ਅੰਜਾਮ ਦੇਣ ਵਾਲੇ ਭਾਰਤੀ ਕਾਲ ਸੈਂਟਰ ਬੇਪਰਵਾਹ ਨੇ ਹਮਦਾਨੀ ਦੇ ਮੁਤਾਬਕ ਉਹ ਸਭ ਤੋਂ ਕਮਜ਼ੋਰ ਲੋਕਾਂ ਦਾ ਸ਼ਿਕਾਰ ਕਰਦੇ ਨੇ ਜਿਵੇਂ ਕਿ ਬਜ਼ੁਰਗ ਅੱਜ ਇੱਕ ਹੋਰ ਅਪਰਾਧੀ ਨੂੰ ਆਖਰਕਾਰ ਕਈ ਸਾਲਾਂ ਲਈ ਜਵਾਬਦੇਹ ਠਹਿਰਾਇਆ ਗਿਆ ਜਿਸ ਨੇ ਪੀੜਤਾਂ ਤੋਂ ਪੈਸੇ ਲਏ ਅਦਾਲਤ ਨੇ ਨੋਟ ਕੀਤਾ ਕਿ ਮਾਲਵੀ ਨੇ ਪਹਿਲਾਂ ਸਕੀਮ ਵਿੱਚ ਵਿਚੋਲੇ ਵਜੋਂ ਕੰਮ ਕੀਤਾ ਬਾਅਦ ਦੇ ਸਾਲਾਂ ਵਿੱਚ ਉਸਨੇ ਹੋਰ ਸਹਾਇਕ ਦਾ ਪ੍ਰਬੰਧ ਕੀਤਾ ਸਕੀਮ ਦੇ ਵਿੱਚ ਵਰਤੀ ਗਈ ਇੱਕ ਆਮ ਸਕ੍ਰਿਪਟ ਵਿੱਚ ਪੀੜਤਾਂ ਨੂੰ ਵਿਸ਼ਵਾਸ ਕਰਨ ਦੇ ਲਈ ਮਜਬੂਰ ਕਰਨਾ ਸ਼ਾਮਲ ਸੀ ਕਿ ਸੰਗੀ ਏਜੰਟ ਉਹਨਾਂ ਦੀ ਜਾਂਚ ਕਰ ਰਹੇ ਨੇ ਫੋਨ ਤੇ ਏਜੰਟ ਪੀੜਤ ਨੂੰ ਯਕੀਨ ਦਿਵਾਉਂਦਾ ਸੀ ਕਿ ਉਹਨਾਂ ਦਾ ਨਾਮ ਜਾਂਚ ਤੋਂ ਸਾਫ਼ ਕਰਨ ਦਾ ਇੱਕੋ ਇੱਕ ਤਰੀਕਾ ਸੀ ਗਿਫਟ ਕਾਰਡ ਖਰੀਦਣਾ ਅਤੇ ਰਿਡੀਮਪਸ਼ਨ ਕੋਡਾਂ ਨੂੰ ਕਾਲ ਸੈਂਟਰ ਵਿੱਚ ਟ੍ਰਾਂਸਫਰ ਕਰਨਾ ਜਾਂ ਇੱਕ ਪੈਕੇਜ ਦੇ ਵਿੱਚ ਕੈਸ਼ ਨੂੰ ਇੱਕ ਨਾਮ ਅਤੇ ਕਾਲ ਸੈਂਟਰ ਦਾ ਪਤਾ ਭੇਜਣਾ ਸੀ ਆਪਣੇ ਪਟੀਸ਼ਨ ਸਮਝੌਤੇ ਦੇ ਹਿੱਸੇ ਵਜੋਂ ਮੌਲਵੀ ਸਕੀਮ ਦੇ ਪਛਾਣੇ ਗਏ ਪੀੜਤਾਂ ਨੂੰ ਮੁਆਵਜ਼ਾ ਅਦਾ ਕਰੇਗਾ ਯੂਐਸ ਦੇ ਜ਼ਿਲ੍ਹਾ ਜੱਜ ਐਂਡਰਿਊ ਐਸ ਹੈਨਨ ਨੇ ਪਟੀਸ਼ਨ ਸਵੀਕਾਰ ਕਰ ਲਈ ਅਤੇ ਹੁਣ 14 ਅਗਸਤ ਨੂੰ ਸਜ਼ਾ ਸੁਣਾਈ ਜਾਏਗੀ ਉਦੋਂ ਮੌਲਵੀ ਨੂੰ 20 ਸਾਲ ਤੱਕ ਦੀ ਕੈਦ ਅਤੇ ਸੰਭਾਵਿਤ 2,50,000 ਡਾਲਰ ਦਾ ਵੱਧ ਤੋਂ ਵੱਧ ਜੁਰਮਾਨਾ ਕਹਿੰਦਾ ਹੈ ਉਹ ਇਸ ਸੁਣਵਾਈ ਤੱਕ ਹਿਰਾਸਤ ਵਿੱਚ ਰਹੇਗਾ ਅਮਰੀਕਾ ਵਿੱਚ ਨਿਊਯਾਰਕ ਪੁਲਿਸ ਵਿਭਾਗ ਵਿੱਚ ਭਾਰਤੀ ਮੂਲ ਦੀ ਅਧਿਕਾਰੀ ਕੈਪਟਨ ਪ੍ਰਤਿਮਾ ਭੁੱਲਰ ਨੂੰ ਸਰਵੋੱਚ ਰੈਂਕ ਵਾਲੀ ਦੱਖਣੀ ਏਸ਼ੀਆਈ ਮਹਿਲਾ ਬਣ ਗਈ ਹੈ ਉਹ ਪ੍ਰਤਿਮਾ ਨੂੰ ਹਾਲ ਹੀ ਵਿੱਚ ਇਸ ਅਹੁਦੇ ਦੇ ਲਈ ਤਰੱਕੀ ਦਿੱਤੀ ਗਈ ਸੀ ਮਾਲਡੋਨਾਡੋ ਕੁਇਨਜ਼ ਸਥਿਤ ਸਾਊਥ ਰਿਚਮਾਂਡ ਹਿੱਲ ਵਿੱਚ 102ਵੇਂ ਪੁਲਿਸ ਕੰਪਲੈਕਸ ਦੇ ਤਨਾਤ ਸੀਬੀਐਸ ਨਿਊਜ਼ ਮੁਤਾਬਕ ਉਸ ਨੂੰ ਪਿਛਲੇ ਮਹੀਨੇ ਕੈਪਟਨ ਦੇ ਅਹੁਦੇ ਤੇ ਤਰੱਕੀ ਦਿੱਤੀ ਗਈ ਸੀ ਚਾਰ ਬੱਚਿਆਂ ਦੀ ਮਾਂ ਪ੍ਰਤੀਬਾ ਦਾ ਜਨਮ ਪੰਜਾਬ ਵਿੱਚ ਹੋਇਆ ਸੀ ਅਤੇ ਉਹ 9 ਸਾਲ ਦੀ ਉਮਰ ਤੱਕ ਉੱਥੇ ਰਹੀ ਇਸ ਤੋਂ ਬਾਅਦ ਉਹ ਨਿਊਯਾਰਕ ਦੇ ਕੁਇਨਜ਼ ਆ ਗਈ ਨਿਊਯਾਰਕ ਪੁਲਿਸ ਵਿਭਾਗ ਦੇ ਮੁਤਾਬਕ ਉਨ੍ਹਾਂ ਦੇ ਵਿਭਾਗ ਵਿੱਚ કુલ 33787 ਮੈਂਬਰ ਨੇ ਜਿਨ੍ਹਾਂ ਵਿੱਚੋਂ 10.5% ਏਸ਼ੀਆਈ ਮੂਲਦੇ ਨੇ ਪ੍ਰਤੀਮਾਨਿਕਾ ਹਾਂ ਮੇਰੇ ਪਿਤਾ ਜੀ ਅਸਲ ਵਿੱਚ ਕਈ ਸਾਲਾਂ ਤੋਂ ਟੈਕਸੀ ਚਲਾਉਂਦੇ ਸੀ ਉਹਨਾਂ ਨੇ ਸਾਡਾ ਸਾਥ ਦਿੱਤਾ ਉਹ ਮਿਹਨਤੀ ਸਨ ਸਾਲ 2006 ਵਿੱਚ ਮੇਰੇ ਪੁਲਿਸ ਮੁਲਾਜ਼ਮ ਬਣਨ ਤੋਂ ਪਹਿਲਾਂ ਉਹਨਾਂ ਦਾ ਦਿਹਾਂਤ ਹੋ ਗਿਆ ਜੇਕਰ ਅੱਜ ਹੁੰਦੇ ਤਾਂ ਉਹਨਾਂ ਨੂੰ ਬਹੁਤ ਮਾਣ ਹੁੰਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੀ ਪਹਿਲੀ ਸਰਕਾਰੀ ਫੇਰੀ ਤੋਂ 1 ਮਹੀਨਾ ਪਹਿਲਾਂ ਇੱਕ ਸੰਘੀ ਅਦਾਲਤ ਵਾਸ਼ਿੰਗਟਨ ਰਾਹੀਂ ਨਵੀਂ ਦਿੱਲੀ ਦੀ ਬੇਨਤੀ ਤੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵਰ ਰਾਣਾ ਦੀ ਭਾਰਤ ਹਵਾਲੀ ਲਈ ਸਹਿਮਤ ਹੋ ਗਈ ਹੈ। ਭਾਰਤ ਸਰਕਾਰ 2008 ਦੇ ਬੰਬਈ ਅੱਤਵਾਦੀ ਹਮਲੇ 'ਚ ਸ਼ਾਮਲ ਹੋਣ ਦੇ ਦੋਸ਼ੀ ਰਾਣਾ ਦੀ ਹਵਾਲਗੀ ਦੀ ਮੰਗ ਕਰ ਰਹੀ ਸੀ 26 11 ਦੇ ਬੰਬਈ ਹਮਲਿਆਂ ਦੇ ਦੋਸ਼ੀਆਂ ਨੂੰ ਨਿਆਂ ਦੇ ਖਟਾਰੇ 'ਚ ਲਿਆਉਣ ਦੀ ਭਾਰਤ ਦੀ ਲੜਾਈ ਵਿੱਚ ਵੱਡੀ ਜਿੱਤ ਦਰਜ ਕਰਦੇ ਹੋਏ ਕੈਲੀਫੋਰਨੀਆ ਦੀ ਕੇਂਦਰੀ ਜ਼ਿਲ੍ਹਾ ਅਦਾਲਤ ਦੀ ਅਮਰੀਕੀ ਮੈਜਿਸਟ੍ਰੇਟ ਜੱਜ ਜ਼ੈਕਲੀਨ ਨੇ ਬੁੱਧਵਾਰ ਨੂੰ 48 ਪੰਨਿਆਂ ਦਾ ਹੁਕਮ ਜਾਰੀ ਕਰਦਿਆਂ ਕਿਹਾ ਕਿ ਰਾਣਾ ਨੂੰ ਭਾਰਤ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਭਾਰਤ ਤੇ ਅਮਰੀਕਾ ਵਿਚਾਲੇ ਹਵਾਲਗੀ ਸੰਧੀ ਦੇ ਤਹਿਤ ਦੇਸ਼ ਵਿੱਚ ਕਿਹਾ ਗਿਆ ਅਦਾਲਤ ਨੇ ਇਸ ਬੇਨਤੀ ਦੇ ਸਮਰਥਨ ਅਤੇ ਵਿਰੋਧ ਵਿੱਚ ਪੇਸ਼ ਕੀਤੇ ਗਏ ਸਾਰੇ ਦਸਤਾਵੇਜ਼ਾਂ ਅਤੇ ਸੁਣਵਾਈ ਵਿੱਚ ਕੀਤੀਆਂ ਗਈਆਂ ਬੇਨਤੀਆਂ ਦੀ ਸਮੀਖਿਆ ਅਤੇ ਵਿਚਾਰ ਕੀਤਾ ਹੈ। ਅਜਿਹੀ ਸਮੀਖਿਆ ਅਤੇ ਵਿਚਾਰ ਵਟਾਂਦਰੇ ਦੇ ਆਧਾਰ ਤੇ ਅਤੇ ਇੱਥੇ ਵਿਚਾਰੇ ਗਏ ਕਾਰਨਾਂ ਦੇ ਲਈ ਅਦਾਲਤ ਇਸ ਸਿੱਟੇ ਤੇ ਪਹੁੰਚਦੀ ਹੈ ਅਤੇ ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਨੂੰ ਹਵਾਲਗੀ ਨਾਲ ਅੱਗੇ ਵਧਣ ਦਾ ਅਧਿਕਾਰ ਦਿੰਦੀ ਹੈ। ਅਦਾਲਤ ਦਾ ਇਹ ਹੁਕਮ ਮੋਦੀ ਦੇ ਆਪਣੀ ਪਹਿਲੀ ਸਰਕਾਰੀ ਫੇਰੀ ਲਈ ਅਮਰੀਕਾ ਪਹੁੰਚਣ ਤੋਂ ਮਹਿਜ਼ 1 ਮਹੀਨਾ ਪਹਿਲਾਂ ਆਇਆ। ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਅਤੇ ਫਰਸਟ ਲੇਡੀ ਜਿਲ ਵਾਈਡਨ ਬਾਈ ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਦੇ ਸਵਾਗਤ ਦੇ ਲਈ ਸਟੇਟ ਡਿਨਰ ਦੀ ਮੇਜ਼ਬਾਨੀ ਕਰਨਗੇ। ਭਾਰਤ ਸਰਕਾਰ ਦੇ ਚੋਣ ਕਮਿਸ਼ਨਰ ਅਨੂਪ ਚੰਦਰਾ ਪਾਂਡੇ ਇਨੀ ਦਿਨੀ ਅਮਰੀਕਾ ਦੇ ਦੌਰੇ ਤੇ ਨੇ ਭਾਰਤੀ ਐਮਬੈਸੀ ਵਾਸ਼ਿੰਗਟਨ ਡੀਸੀ ਵਿਖੇ ਉਹਨਾਂ ਦੇ ਮਾਣ ਵਿੱਚ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੇ ਦੌਰਾਨ 6 ਆਫ ਅਮਰੀਕਾ ਦੇ ਵਫਦ ਵੱਲੋਂ ਭਾਰਤੀ ਚੋਣ ਕਮਿਸ਼ਨਰ ਅਨੂਪ ਚੰਦਰਾ ਪਾਂਡੇ ਦੇ ਨਾਲ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿੱਚ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਵਫਦ ਦੇ ਵਿੱਚ ਕਈ ਉੱਗੀਆਂ ਸ਼ਖਸੀਅਤਾਂ ਸ਼ਾਮਲ ਸਨ। ਇਸ ਮੌਕੇ ਪਾਂਡੇ ਨੇ ਕਿਹਾ ਕਿ ਭਾਰਤੀ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਪ੍ਰਵਾਸੀਆਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤੀ ਚੋਣ ਸਿਸਟਮ ਸੰਬੰਧੀ ਵਿਸਥਾਰਤ ਜਾਣਕਾਰੀ ਦਿੱਤੀ। ਇਸ ਮੌਕੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਵੀ ਭਾਰਤੀ ਚੋਣ ਸਿਸਟਮ ਦੀ ਪ੍ਰਸ਼ੰਸਾ ਮਜ਼ਾ ਕਰਦੇ ਆ ਕਿ ਆ ਕਿ ਚੋਣ ਕਮਿਸ਼ਨ ਦੀ ਬਖੂਬੀ ਭੂਮਿਕਾ ਕਾਰਨ ਹੀ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣਾ ਇਸ ਦਾ ਮਾਣ ਹਾਸਲ ਹੈ ਅਮਰੀਕਾ ਦੇ ਭਾਰਤ ਵਿੱਚ ਰਾਜਦੂਤ ਐਰਿਕ ਗੋਰਸਟੀ ਨੇ ਇੱਥੇ ਹਾਲੀਵੁੱਡ ਸੁਪਰਸਟਾਰ ਸ਼ਾਹਰੂਖ ਖਾਨ ਦੇ ਰਿਹائش ਮੰਨਤ ਤੇ ਉਹਨਾਂ ਨਾਲ ਮੁਲਾਕਾਤ ਕੀਤੀ ਜਿੱਥੇ ਉਹਨਾਂ ਨੇ ਹਾਲੀਵੁੱਡ ਅਤੇ ਬਾਲੀਵੁੱਡ ਦੇ ਸੱਭਿਆਚਾਰਕ ਪ੍ਰਭਾਵ ਬਾਰੇ ਚਰਚਾ ਕੀਤੀ ਗੋਰਸਟੀ ਨੇ ਹਿੰਦੀ ਸਿਨੇਮਾ 스타 ਨਾਲ ਸਮੁੰਦਰ ਦੇ ਸਾਹਮਣੇ ਉਹਨਾਂ ਦੇ ਸੁਰਮਨ ਸਤ ਬੰਗਲੇ ਵਿੱਚ ਮੀਟਿੰਗ ਕੀਤੀਆਂ ਔਰ ਉਸ ਦੀਆਂ ਤਸਵੀਰਾਂ ਵੀ ਜਿਹੜੀਆਂ ਟਵਿੱਟਰ ਤੇ ਸਾਂਝੀਆਂ ਕੀਤੀਆਂ ਰਾਜਦੂਤ ਨੇ ਟਵੀਟ ਵਿੱਚ ਲਿਖਿਆ ਕਿ ਇਹ ਮੇਰੇ ਵੋਲੀਵੁੱਡ ਡੈਬਿਊ ਦਾ ਸਮਾਂ ਹੈ ਸੁਪਰਸਟਾਰ ਦੇ ਨਾਲ ਉਸ ਤੇ ਰਿਹائش ਮਨਤ ਤੇ ਅਦਭੁਤ ਮੁਲਾਕਾਤ ਸੀ ਜਿਸ ਵਿੱਚ ਬੰਬਈ ਦੇ ਫਿਲਮ ਉਦਯੋਗ ਬਾਰੇ ਸਿੱਖਣ ਨੂੰ ਮਿਲਿਆ ਅਤੇ ਸਾਰੇ ਵਿਸ਼ਾਪ ਤੇ ਵੋਲੀਵੁੱਡ ਅਤੇ ਹਾਲੀਵੁੱਡ ਦੇ ਸੱਭਿਆਚਾਰਕ ਪ੍ਰਭਾਵ ਬਾਰੇ ਚਰਚਾ ਕੀਤੀ ਵਾਇਡਨ ਦੇ ਕਰੀਬੀ ਸਾਥੀ ਗੌਰ ਸੇਟੀ ਨੇ ਅਧਿਕਾਰਕ ਤੌਰ ਤੇ ਭਾਰਤ ਵਿੱਚ ਅਮਰੀਕੀ ਰਾਜਦੂਤ ਜੋ ਮਾਰਚ ਵਿੱਚ ਅਹੁਦੇ ਦੀ ਸੌ ਚੁੱਕੀ ਸੀ ਬੰਬਈ ਵਿੱਚ ਗੌਰ ਸੇਟੀ ਨੇ ਸ਼ਾਹਰੁਖ ਤੋਂ ਇਲਾਵਾ ਰਿਲਾਇੰਸ ਇਨ ਅਸ਼ਟਵੀ ਦੇ ਚੇਅਰਮੈਨ ਗੰਗੇਸ਼ ਅੰਬਾਨੀ ਅਤੇ ਉਹਨਾਂ ਦੀ ਪਤਨੀ ਨੀਤਾ ਅੰਬਾਨੀ ਦੇ ਨਾਲ ਵੀ ਮੁਲਾਕਾਤ ਕੀਤੀ। ਡਿਲਾਸਟ ਨੇੜੇ ਵਿੰਡਮ ਵਿਖੇ ਸਿਧਿਆਤਨ ਤੀਰਥਸਥਾਨ ਜੈਨ Hindu ਮੰਦਰ ਦਾ ਉਦਘਾਟਨ ਕੀਤਾ ਗਿਆ। 60 ਏਕੜ ਵਿੱਚ ਫੈਲੇ ਤੇ 11000 ਵਰਗ ਫੁੱਟ ਵਿੱਚ ਬਣੇ ਮੰਦਰ ਨੂੰ ਸ਼ਰਧਾਲੂਆਂ ਨੂੰ ਸਮਰਪਿਤ ਕਰਨ ਮੌਕੇ ਸੈਂਕੜੇ ਲੋਕ ਇਕੱਤਰ ਹੋਏ। ਸਿਧਿਆਤਨ ਤੀਰਥ ਉੱਤਰੀ ਅਮਰੀਕਾ ਚ ਪਹਿਲਾ ਸਭ ਤੋਂ ਵੱਡਾ Hindu ਜੈਨ ਧਾਰਮਿਕ ਸਥਾਨ ਹੈ। ਜਿਸ ਦੇ ਉਦਘਾਟਨ ਸਮਾਰੋਹਮ ਦੇ ਵਿੱਚ ਦੂਰ ਦੂਰ ਤੋਂ ਸ਼ਰਦਾਲੂ ਪੁੱਜੇ ਅਮਰੀਕਾ ਦੇ ਨਿਊ ਮੈਕਸੀਕੋ ਕੈਲੀਫੋਰਨੀਆ ਰਾਜਾਂ ਤੋਂ ਇਲਾਵਾ ਕੈਨੇਡਾ ਤੋਂ ਵੀ ਸ਼ਰਦਾਲੂਆਂ ਨੇ ਉਦਘਾਟਨੀ ਸਮਾਰੋਹ 'ਚ ਹਾਜ਼ਰੀ ਲਵਾਈ ਜ਼ਿਆਦਾਤਰ ਮਹਿਮਾਨ ਡਲਾਸ ਫੋਰਟਵਰਥ ਤੇ ਹੌਸਟਨ ਤੋਂ ਸਨ ਇਸ ਮੌਕੇ ਸੰਸਥਾਪਕ ਐਚ ਐਚ ਅਚਾਰੀਆ yogesh ਨੇ ਇਸ ਇਸ ਇਤਿਹਾਸਕ ਅਫਸਰ ਦੀ ਮਹੱਤਤਾ ਉੱਪਰ ਚਾਨਣਾ ਪਾਇਆ ਟੈਕਸਾਸ ਦੇ ਗਵਰਨਰ ਗ੍ਰੇਗ ਅਬੋਟ ਨੇ ਇਸ ਮੌਕੇ ਆਪਣੇ ਇੱਕ ਸੁਨੇਹੇ 'ਚ ਕਿਹਾ ਇਸ ਮੰਦਿਰ ਤੇ ਸਮਾਦੀ ਭਾਰਤ ਦੀ ਸ਼ੁਰੂਆਤ ਨਾਲ ਸਾਰੇ ਟੈਕਸਾਸ ਵਾਸੀਆਂ ਨੂੰ ਜੈਨ ਤੇ ਹਿੰਦੂ ਭਾਈਚਾਰੇ ਦੀਆਂ ਅਮੀਰ ਰਵਾਇਤਾਂ ਨੂੰ ਜਾਣਨ ਦਾ ਮੌਕਾ ਮਿਲੇਗਾ। ਟਵਿੱਟਰ ਵੱਲੋਂ ਆਪਣੇ ਉਪਭੋਗਤਾਵਾਂ ਲਈ ਇੱਕ ਹੋਰ ਸਹੂਲਤ ਦਿੱਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਹੁਣ ਟਵਿੱਟਰ ਤੇ 2 ਘੰਟੇ ਤੱਕ ਦਾ ਵੀਡੀਓ ਅਪਲੋਡ ਕੀਤਾ ਜਾ ਸਕੇਗਾ। ਇਹ ਸਹੂਲਤ ਬਲੂ ਟਿੱਕ ਯੂਜ਼ਰਸ ਦੇ ਲਈ ਹੋਏਗੀ। ਦੱਸਦੀ ਹੈ ਕਿ 2 ਘੰਟੇ ਦਾ ਇਹ ਵੀਡੀਓ 8 GB ਡਾਟਾ ਵਾਲਾ ਹੋ ਸਕਦਾ ਹੈ। ਟਵਿੱਟਰ ਸੀਈਓ ਐਲਾਨ ਮਸਕ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਜ਼ਰੀਏ ਸਾਂਝੀ ਕੀਤੀ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਵਿੱਟਰ ਤੇ 2 ਜੀਵੀ ਤੱਕ ਦਾ ਵੀਡੀਓ ਅਪਲੋਡ ਕੀਤਾ ਜਾ ਸਕਦਾ ਸੀ ਅਤੇ ਇਸ ਦੀ ਸਮਾਂ ਸੀਮਾ 60 ਮਿੰਟ ਤੱਕ ਹੁੰਦੀ ਸੀ ਅਮਰੀਕਾ ਸਥਿਤ ਟੈਂਕ ਪੋਰਟਲ ਟੈਕ ਕ੍ਰਾਚ ਦੇ ਮੁਤਾਬਕ ਟਵਿੱਟਰ 'ਚ ਬਦਲਾਅ ਕੀਤਾ ਗਿਆ ਹੈ ਅਤੇ ਪਿਛਲਾ 60 ਮਿੰਟ ਦੀ ਸੀਮਾ ਨੂੰ ਵਧਾ ਕੇ 2 ਘੰਟੇ ਕਰ ਦਿੱਤਾ ਗਿਆ ਹੈ ਨਾਲ ਦੇ ਨਾਲ ਕੰਪਨੀ ਨੇ ਆਪਣੇ ਟਵਿੱਟਰ ਬਲੂ ਪੇਜ ਨੂੰ ਵੀ ਸੋਧਿਆ ਅਤੇ ਕਿਹਾ ਕਿ ਭੁਗਤਾਨ ਕੀਤੇ ਉਪਭੋਗਤਾਵਾਂ ਦੇ ਲਈ ਵੀਡੀਓ ਫਾਈਲ ਆਕਾਰ ਦੀ ਸੀਮਾ ਹੁਣ 2 ਜੀਵੀ ਤੋਂ ਵਧਾ ਕੇ 8 ਜੀਵੀ ਕਰ ਦਿੱਤੀ ਗਈ ਹੈ ਜਦੋਂ ਕਿ ਪਹਿਲਾਂ ਲੰਬੇ ਵੀਡੀਓ ਅਪਲੋਡ ਕੇਵਲ ਵੈਬ ਤੋਂ ਹੀ ਸੰਭਵ ਸੀ ਹੁਣ ਇਹ ਆਈਓਐਸ ਐਪ ਰਾਹੀਂ ਵੀ ਸੰਭਵ ਹੈ ਇਨ੍ਹਾਂ ਤਬਦੀਲੀਆਂ ਦੇ ਬਾਵਜੂਦ ਅਪਲੋਡ ਲਈ ਵੱਧ ਤੋਂ ਵੱਧ ਗੁਣਵਤਾ ਅਜੇ ਵੀ 180 ਪੀ ਬਣੀ ਹੋਈ ਹੈ ਐਲਾਨ ਮਸਕ ਵੱਲੋਂ ਇਸ ਦਾ ਐਲਾਨ ਕਰਨ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ਉਪਭੋਗਤਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਤੇ ਆਪਣੀਆਂ ਪ੍ਰਤੀਕਿਰਿਆਵਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕੈਨੇਡਾ ਚ ਸਮਾਜ ਸੇਵਾ ਨੂੰ ਸਮਰਪਿਤ ਵਿਦਿਆਰਥੀਆਂ ਨੂੰ ਵਜੀਫਾ ਦੇਣ ਵਾਲੇ ਟੈਰੀ ਫੋਕਸ ਹਿਊਮੈਨਿਟੇਰੀਅਨ ਐਵਾਰਡ 2023 ਦਾ ਐਲਾਨ ਕਰ ਦਿੱਤਾ ਹੈ ਇਸ ਸਨਮਾਨ ਲੈਣ ਵਾਲੇ ਕੁੱਲ 15 ਵਿਦਿਆਰਥੀਆਂ ਦੇ ਵਿੱਚੋਂ ਦੋ ਪੰਜਾਬੀ ਵਿਦਿਆਰਥੀ ਜੋਸ਼ ਖੁਣਖੁਣ ਤੇ ਰੀਆ ਪੁੱਲਾ ਵੀ ਸ਼ਾਮਲ ਨੇ ਟੈਰੀ ਫੋਕਸ ਹਿਊਮਨਿਟੇਰੀਅਨ ਐਵਾਰਡ ਵਾਸਤੇ ਕੈਨੇਡਾ ਪਰ ਵਿੱਚੋਂ 510 ਵਿਦਿਆਰਥੀਆਂ ਨੇ ਅਰਜ਼ੀ ਦਿੱਤੀ ਪਰ કુલ 15 ਵਿਦਿਆਰਥੀਆਂ ਨੂੰ ਹੀ ਸਨਮਾਨ ਵਾਸਤੇ ਚੁਣਿਆ ਗਿਆ ਇਹ ਐਵਾਰਡ ਤਹਿਤ ਹਰ ਵਿਦਿਆਰਥੀ ਨੂੰ 28000 ਡਾਲਰ ਭਾਵ ਤਕਰੀਬਨ 16.80 ਲੱਖ ਰੁਪਏ ਦਾ ਵਜ਼ੀਫਾ ਦਿੱਤਾ ਜਾਂਦਾ ਹੈ ਡਾਕਟਰੀ ਦੀ ਪੜਾਈ ਕਰ ਰਹੀਆਂ ਰੀਆ ਪੱਲਾ ਕੈਨੇਡੀਅਨ ਸਪ੍ਰਿੰਗ ਐਸੋਸੀਏਸ਼ਨ ਦੇ ਨਾਲ ਵਨਲੰਟਿਅਰ ਵਜੋਂ ਕੰਮ ਕਰਦੀ ਹੈ ਜਿੱਥੇ ਉਹ ਹਕਲਾ ਕੇ ਬੋਲਣ ਵਾਲੇ ਲੋਕਾਂ ਨੂੰ ਸਿਖਿਆ ਦਿੰਦੀ ਹੈ ਜਦਕਿ ਜੋਸ਼ ਖੁਣਖੁਣ ਵੈਨਕੂਵਰ ਦੇ ਸੇਂਟ ਜੋਰਜ ਸਕੈਂਡਰੀ ਸਕੂਲ ਵਿਖੇ 12ਵੀਂ ਜਮਾਤ ਦਾ ਵਿਦਿਆਰਥੀ ਅਤੇ ਕੈਨੇਡੀਅਨ ਸੋਸ਼ਲ ਸਾਇੰਸਿਸਿਜ਼ ਐਂਡ ਹਿਊਮਨਿਟੀਜ਼ ਰਿਸਰਚ ਕਾਉਂਸਲ ਦਾ ਰਿਸਰਚ ਕੋ ਇਨਵੈਸਟੀਗੇਟਰ ਤੇ ਸਟਰੀਮਾ ਫ੍ਰੀ ਸੁਸਾਇਟੀ ਦਾ ਯੂਥ ਐਂਬੈਸਡਰ ਹੈ ਜਿੱਥੇ ਉਹ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਬਾਰੇ ਜਾਗਰੂਕ ਕਰਦਾ ਹੈ ਭਾਰਤੀ ਕੁਮਾਂਤਰੀ ਵਿਦਿਆਰਥੀਆਂ ਨੂੰ ਇੱਥੇ ਸਰਗਰਮ ਵੇਸ਼ਵਾ ਘਰਾ ਦੇ ਦਲਾਲ ਆਪਣਾ ਸ਼ਿਕਾਰ ਬਣਾ ਰਹੇ ਨੇ ਇਹਨਾਂ ਦਲਾਲਾਂ ਨੂੰ ਸਥਾਨਕ ਭਾਸ਼ਾ ਵਿੱਚ ਪਿੰਪਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਸਿੱਖਿਆ ਕੰਪਲੈਕਸਾਂ, ਬੱਸ ਸਟਾਪਸ, ਕੰਮ ਵਾਲੇ ਸਥਾਨਾਂ ਤੇ ਇੱਥੋਂ ਤੱਕ ਕਿ ਧਾਰਮਿਕ ਸਥਾਨਾਂ ਤੇ ਵੀ ਆਪਣਾ ਸ਼ਿਕਾਰ ਲੱਭਦੇ ਨੇ ਜਿਨ੍ਹਾਂ ਵਿੱਚ ਦੂਸਰੇ ਦੇਸ਼ਾਂ ਤੋਂ ਕੈਨੇਡਾ ਪੜਨ ਆਈਆਂ ਲੜਕੀਆਂ ਹੁੰਦੀਆਂ ਨੇ ਜੀਟੀਏ ਦੇ ਵਿੱਚ ਭਾਰਤੀ ਵਿਦਿਆਰਥਣਾਂ ਦੀ ਸੈਕਸ ਟ੍ਰੈਫਿਕਿੰਗ ਤੇਜ਼ੀ ਨਾਲ ਵਧੀ ਹੈ ਇਸ ਦਾ ਦੁੱਖ ਭਰਿਆ ਪਹਿਲੂ ਇਹ ਹੈ ਕਿ ਇਹਨਾਂ ਲੜਕੀਆਂ ਦਾ ਸੋਸ਼ਣ ਕਰਨ ਵਾਲੇ ਪੇਮਸ ਵੀ ਇੰਡੋ ਕੈਨੇਡੀਅਨ ਪਾਈਚਾਰੇ ਤੋਂ ਨੇ ਪਿਛਲੇ ਸਾਲ ਅਗਸਤ ਦੇ ਵਿੱਚ ਇੱਕ 18 ਸਾਲ ਦੀ ਭਾਰਤੀ ਵਿਦਿਆਰਥਣ ਨੂੰ ਵੈਸ਼ਵਾ ਗੰਮਨੀ ਵਿੱਚ ਧੱਕਣ ਦੇ ਲਈ ਤਿੰਨ ਇੰਡੋ ਕੈਨੇਡੀਅਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹ ਲੋਕ ਆਨਲਾਈਨ ਸੈਕਸ ਸੇਵਾਵਾਂ ਚਲਾ ਰਹੇ ਸਨ ਟੋਰਾਂਟੋ ਵਿੱਚ ਅਜਿਹਿਆਂ ਪੀੜਤ ਵਿਦਿਆਰਥਣਾਂ ਦੀ ਮਦਦ ਦੇ ਲਈ ਐਲਸਪੇਥ ਹਿਵਰਥ ਸੈਂਟਰ ਚਲਾਉਣ ਵਾਲੀ ਸੁੰਦਰ ਸਿੰਘ ਦੱਸਦੀ ਹੈ ਕਿ ਇੱਕ ਦਲਾਲ ਨੂੰ ਇੱਕ ਕੁੜੀ ਤੋਂ ਤਿੰਨ ਸਾਲ ਦੀ ਲਗਭਗ 2.3 ਲੱਖ ਡਾਲਰ ਦੀ ਕਮਾਈ ਹੈ ਭਾਰਤੀ ਰੁਪਏ ਦੇ ਵਿੱਚ ਇਹ ਰਕਮ 2 ਕਰੋੜ ਰੁਪਏ ਦੇ ਲਗਭਗ ਬਣਦੀ ਹੈ ਇਸ ਵਿੱਚ ਲੜਕੀ ਨੂੰ ਕੁਝ ਨਹੀਂ ਮਿਲਦਾ ਉਸ ਨੂੰ ਸਿਰਫ ਖਾਣਾ ਅਤੇ ਰਹਿਣ ਦੀ ਥਾਂ ਦਿੱਤੀ ਜਾਂਦੀ ਹੈ ਅਸਲ ਵਿੱਚ ਉਹ ਉਹਨਾਂ ਦੀ ਬੰਦਕ ਬਣ ਕੇ ਰਹਿ ਜਾਂਦੀ ਹੈ ਉਹ ਕਹਿੰਦੀ ਹੈ ਕਿ ਭਾਰਤੀ ਵਿਦਿਆਰਥਣਾਂ ਦਾ ਵੱਦ ਦਾ ਸ਼ੋਸ਼ਣ ਸਾਡੇ ਲਈ ਚਿੰਤਾ ਵਾਲੀ ਗੱਲ ਹੈ ਸੈਕਸ ਟ੍ਰੇਡ ਵਿੱਚ ਫਸਣ ਦੇ ਲਈ ਕੇਵਲ ਇੱਕ ਰਾਤ ਹੀ ਬਹੁਤ ਹੁੰਦੀ ਹੈ ਵਿਸ਼ਵਾਕਰਾਂ ਦੇ ਦਲਾਲ ਜਿਨ੍ਹਾਂ ਲੜਕੀਆਂ ਨੂੰ ਫਸਾਉਂਦੇ ਨੇ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਲੈ ਲੈਂਦੇ ਨੇ ਅਤੇ ਫਿਰ ਉਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰਦੇ ਨੇ ਉਹਨਾਂ ਦੇ ਕੋਲ ਆਤਮਸਪਰਪਣ ਕਰਨ ਤੋਂ ਔਰ ਕੋਈ ਚਾਰਾ ਨਹੀਂ ਰਹਿੰਦਾ ਬ੍ਰੈਂਟਨ ਦੇ ਰਹਿਣ ਵਾਲੀ ਇੱਕ ਬਜ਼ੁਰਗ ਇੰਡੋ ਕੈਨੇਡੀਅਨ ਔਰਤ ਤਾਂ ਦੇ ਮੁਤਾਬਕ ਉਹਨਾਂ ਦੀ ਫੈਮਿਲੀ ਨਰਸ ਨੇ ਉਹਨਾਂ ਨੂੰ ਦੱਸਿਆ ਕਿ ਉਹ ਹਰ ਮਹੀਨੇ 10 ਤੋਂ 12 ਭਾਰਤੀ ਵਿਦਿਆਰਥਣਾਂ ਦਾ ਗਰਭਪਾਤ ਕਰਾਉਂਦੀ ਹੈ ਪਹਿਲਾਂ ਇੰਜ ਨਹੀਂ ਸੀ ਹਾਲਾਂਕਿ ਇਹ ਵੀ ਮੰਨਿਆ ਜਾ ਰਿਹਾ ਕਿ ਕਈ ਲੜਕੀਆਂ ਆਪਣੇ ਖਰਚੇ ਪੂਰੇ ਕਰਨ ਲਈ ਜਾਣ ਬੁਝ ਕੇ ਵੀ ਇਸ ਦੇ ਵਿੱਚ ਫਸ ਰਹੀਆਂ ਨੇ ਇਹ ਇੱਕ ਕੈਨੇਡਾ ਦਾ ਇੰਟਰਨੈਸ਼ਨਲ ਵਿਦਿਆਰਥੀ ਜੋ ਆਉਂਦੇ ਨੇ ਉਹਨਾਂ ਦਾ ਇੱਕ ਕੌੜਾ ਸੱਚ ਲੋਕਾਂ ਦੇ ਵਿੱਚ ਫੈਲ ਰਿਹਾ ਹੈ ਪੋਰ ਸਰਕਾਰ ਵੱਲੋਂ ਪੀਲ ਰੀਜਨ ਨੂੰ ਭੰਗ ਕਰਨ ਦਾ ਐਲਾਨ ਆਖਰਕਾਰ ਕਰ ਹੀ ਦਿੱਤਾ ਗਿਆ ਇਸ ਦੀ ਤਿਆਰੀ ਕਈ ਦਿਨਾਂ ਤੋਂ ਚੱਲ ਰਹੀ ਸੀ ਹੁਣ 2025 ਤੱਕ ਮਿਸਿਸਾਗਰ ਬ੍ਰੈਂਡਨ ਤੇ ਕੇਲਡਨ ਆਜ਼ਾਦ ਸਿਟੀਜ਼ ਬਣ ਜਾਣਗੇ ਮਿਊਂਸਿਪਲ ਅਫੇਅਰਸ ਤੇ ਹਾਊਸਿੰਗ ਮੰਤਰੀ ਸਟੀਵ ਕਲਾਰਕ ਵੱਲੋਂ ਬੀਰਵਾਰ ਦੁਪਹਿਰ ਨੂੰ ਕੁਇਨਸ ਪਾਰਕ ਵਿਖੇ ਇਸ ਸੰਬੰਧ ਵਿੱਚ ਬਿੱਲ ਪੇਸ਼ ਕੀਤਾ ਗਿਆ ਜਿਸ ਨੂੰ ਹੈਜ਼ਲ ਮੈਖੇਲੀਨ ਐਕਟ ਦਾ ਨਾਮ ਦਿੱਤਾ ਗਿਆ ਇਹ ਬਿੱਲ ਮਿਸਿਸ ਆਗਾ ਦੀ ਮਰਹੂਮ ਮੇਅਰ ਦੇ ਨਾਂ ਉੱਤੇ ਇਸ ਲਈ ਰੱਖਿਆ ਗਿਆ ਕਿਉਂਕਿ ਉਨ੍ਹਾਂ ਨੇ ਹੀ ਸਿਟੀ ਨੂੰ ਵੱਖ ਕਰਨ ਦੀ ਲੜਾਈ ਸ਼ੁਰੂ ਕੀਤੀ ਸੀ ਇਸ ਬਿੱਲ ਦੇ ਨਾਲ ਸਰਕਾਰ ਯਕੀਨੀ ਬਣਾ ਸਕੇਗੀ ਕਿ ਸਿਟੀਜ਼ ਨੂੰ ਵੱਖ ਕਰਨ ਦੀ ਪ੍ਰਕਿਰਿਆ ਜਾਇਜ਼ ਤੇ ਸੰਤੁਲਿਤ ਹੈ ਇੱਕ ਕੰਮ ਦੇ ਲਈ ਟਰਾਂਜ਼ੀਸ਼ਨ ਬੋਰਡ ਵੀ ਕਾਇਮ ਕੀਤਾ ਜਾਏਗਾ ਰੈਂਟਲ ਵੱਲੋਂ ਰੀਜਨ ਦੇ ਲਈ 40% टैक्स रेवेन्यू मुहैया करवाया ਜਾਂਦਾ ਹੈ ਜਦਕਿ ਮਿਸਿਸ ਆਂਗਲੇ 45% ਟੈਕਸ ਰੈਵਨਿਊ ਮੁਹੱਈਆ ਕਰਵਾਉਂਦਾ ਹੈ ਇਹ ਰਕਮ ਸਾਂਝੀਆਂ ਸਹੂਲਤਾਂ ਜਿਵੇਂ ਕਿ ਪੁਲਿਸ, ਵਾਟਰ ਟ੍ਰੀਟਮੈਂਟ, ਸੜਕਾਂ, ਗਾਰਬੇਜ ਕਲੈਕਸ਼ਨਸ ਤੇ ਹਾਊਸਿੰਗ سپورਟ ਦੇ ਲਈ ਵਰਤੀ ਜਾਂਦੀ ਹੈ ਇੱਕ ਵਾਰ ਇਹਨਾਂ ਤਿੰਨਾਂ ਸਿਟੀਜ਼ ਦੇ ਆਜ਼ਾਦ ਹੋ ਜਾਣ ਤੋਂ ਬਾਅਦ ਇਸੇਵਾਮਾ ਵੀ ਸੰਬੰਧਤ ਮਿਊਂਸਿਪੈਲਿਟੀਆਂ ਦੀਆਂ ਜ਼ਿੰਮੇਵਾਰੀ ਬਣ ਜਾਣਗੀਆਂ ਵੀਰਵਾਰ ਨੂੰ ਅਧਿਕਾਰੀਆਂ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਇਹ ਲੋਕਲ ਸੇਵਾਵਾਂ ਇਸ ਵੱਡੀ ਤਬਦੀਲੀ ਦੌਰਾਨ ਬਿਨਾਂ ਕਿਸੇ ਅੜਿੱਕੇ ਦੇ ਚਲਦੀਆਂ ਰਹਿਣਗੀਆਂ। ਕਲੱਬ ਵੱਲੋਂ ਫਰੰਟਲਾਈਨ ਵਰਕਰਸ ਦੀ ਮਦਦ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨ ਤੇ ਹੋਰ ਲੋੜਵੰਦਾਂ ਲਈ ਮਦਦ ਦਾ ਹੱਥ ਅਕੇ ਵਧਾਉਣ ਤੋਂ ਕਦੇ ਟਾਲਾ ਨਹੀਂ ਵੱਟਿਆ ਗਿਆ। ਪੁੰਤਕ ਸਿੱਖ ਮੋਟਰਸਾਈਕਲ ਕਲੱਬ 147000 ਡਾਲਰ ਦੀ ਮਦਦ ਮਹਿੰਗਿਆ ਕਰਵਾ ਚੁੱਕਿਆ ਹੈ ਇਹ ਖੁਲਾਸਾ ਚੇਅਰਮੈਨ 인ਦਰਜੀਤ ਸਿੰਘ ਜਗਰਾਓ ਵੱਲੋਂ ਕੀਤਾ ਗਿਆ ਇਸ ਦੌਰਾਨ ਪ੍ਰਦਾਨ ਲਖਵਿੰਦਰ ਸਿੰਘ ਢਾਲੀਵਾਲ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਜਦੋਂ ਆਪਣੇ ਸਿਖਰ ਉੱਤੇ ਸੀ ਤਾਂ ਕਲੱਬ ਵੱਲੋਂ ਯੂਨਾਈਟਿਡ ਸਿੱਖ ਨਾਲ ਰਲ ਕੇ ਕੈਨੇਡਾ ਭਾਰ ਵਿੱਚ 750000 ਫੇਸ ਮਾਸਕ ਵੰਡੇ ਗਏ ਫਰੰਟਲਾਈਨ ਵਰਕਰਸ ਦੇ ਬਲੀਦਾਨ ਨੂੰ ਧਿਆਨ ਵਿੱਚ ਰੱਖਦਿਆਂ ਕਲੱਬ ਵੱਲੋਂ ਕਈ ਰਾਈਡਸ ਦੀ ਮਹੱਈਆ ਕਰਵਾਈਆਂ ਗਈਆਂ। ਇਸੇ ਤਰ੍ਹਾਂ ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੜ੍ਹ ਆਏ ਸਨ ਤਾਂ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਵੱਲੋਂ ਹਰ ਤਰ੍ਹਾਂ ਦਾ ਬਣਦਾ ਯੋਗਦਾਨ ਨਿਰਸਵਾਰਥ ਦਿੱਤਾ ਗਿਆ। ਇੱਥੇ ਹੀ ਬੱਸ ਨਹੀਂ ਹੈ 5,60,000 ਡਾਲਰ ਦੇ ਫੰਡ ਦੇ ਇਕੱਠੇ ਕੀਤੇ ਗਏ ਸੀ ਤਾਂਕਿ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ। ਇਸ ਤੋਂ ਕਮਿਊਨਿਟੀ ਦਾ ਸੇਵਾ ਭਾਵ ਦਾ ਜਜ਼ਬਾ ਤੇ ਸਿੱਖੀ ਦੀਆਂ ਕਦਰਾਂ ਕੀਮਤਾਂ ਦੀ ਝਲਕ ਮਿਲਦੀ ਹੈ। ਇਸ ਮੌਕੇ ਡਾਇਰੈਕਟਰ ਬਲਕਰਨ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਸਮੇਂ ਵਿੱਚ ਜਿਹੜੇ ਮਾਤਭੇਦ ਪੈਦਾ ਹੋਏ ਸੀ ਉਹ ਖਤਮ ਹੋ ਚੁੱਕੇ ਨੇ ਤੇ ਹੁਣ ਨਵੀਂ ਕਮੇਟੀ ਚੁਣੀ ਜਾ ਚੁੱਕੀ ਹੈ ਸਾਰਿਆਂ ਵੱਲੋਂ ਰਲ ਕੇ ਕੰਮ ਕਰਨ ਦਾ ਤਹਿਈਆ ਵੀ ਲਿਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਦੇਸ਼ ਦੀ ਰਾਖੀ ਲਈ ਸਿਵਾਵਾਂ ਨਿਭਾਉਣ ਸਮੇਂ ਅਪਾਹਜ ਹੋ ਚੁੱਕੇ ਸੈਨਿਕਾਂ ਦੀ ਮਦਦ ਲਈ ਰਾਈਡ ਫਾਰ ਹੀਰੋਜ਼ ਦਾ ਆਯੋਜਨ ਕੀਤਾ ਗਿਆ ਇਹ ਰਾਈਡ ਨਾ ਸੱਚੇ ਹੀਰੋਜ਼ ਦੇ ਲਾ ਮਿਸਾਲ ਸਮਰਪਣ ਦੇ ਲਈ ਇਹਨਾਂ ਨੂੰ ਸ਼ਰਧਾਂਜਲੀ ਵੱਲੋਂ ਦਿੱਤੀ ਜਾਏਗੀ 1 ਜੁਲਾਈ ਤੋਂ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਦਾ ਕਾਫਲਾ ਅਲਾਸਕਾ ਵੱਲ ਚੱਲ ਪਏਗਾ ਇਸ ਦੌਰਾਨ ਇਨ੍ਹਾਂ ਸੈਨਿਕਾਂ ਦੀ ਮਦਦ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਤੇ ਇਨ੍ਹਾਂ ਦੀ ਮਦਦ ਦੇ ਲਈ ਫੰਡ ਇਕੱਠਾ ਕੀਤਾ ਜਾਏਗਾ। ਆਪਣੇ ਜੀਰਾਂ ਤੋਂ ਚੱਲੇ ਆ ਰਹੇ ਨਿੱਗੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸਿਟੀ ਆਫ ਮਿਸਿਸ ਆਗਾ ਤੇ ਸ਼ੈਰੀਡਨ ਕਾਲਜ ਵੱਲੋਂ ਨਵੇਂ ਐਮਓਯੂ ਜਨਕੀ ਮੈਮੋਰੰਡਮ ਆਫ ਅੰਡਰਸਟੈਂਡਿੰਗ ਵੌਕਿੰਗ ਟੁਗੇਦਰ ਉੱਤੇ ਸਾਈਨ ਕੀਤੇ ਗਏ ਨੇ। ਇਸ ਮੌਕੇ ਮੇਅਰ ਬੌਨੀ ਕ੍ਰੌਂਬੀ ਨੇ ਆਖਿਆ ਕਿ ਇਸ ਸਮਝੌਤੇ ਦੇ ਨਾਲ ਪਹਿਲਾਂ ਤੋਂ ਹੀ ਸਿਟੀ ਆਫ ਮਿਸਿਸ ਆਗਾ ਤੇ ਸ਼ਾਰਡਨ ਕਾਲਜ ਦੇ ਮਜ਼ਬੂਤ ਸੰਬੰਧਾਂ ਨੂੰ ਹੋਰ ਬਲ ਮਿਲੇਗਾ ਸਬੋਸੀ ਨਾਲ ਨਵੇਂ ਮੌਕਿਆਂ ਦੇ ਰਾਹ ਵੀ ਹੁਣ ਖੁੱਲਣਗੇ ਜਿਨ੍ਹਾਂ ਨਾਲ ਕਮਿਊਨਿਟੀ ਦੇ ਬਿਹਤਰ ਭਵਿੱਖ ਦੇ ਸੁਪਨੇ ਨੂੰ ਸਹਾਰਾ ਕੀਤਾ ਜਾ ਸਕੇਗਾ ਵਿਦਿਆਰਥੀਆਂ ਨੂੰ ਕਾਫੀ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਜਿਸ ਨਾਲ ਲੋਕਲ ਆਰਥਿਕ ਲੋੜਾਂ ਨੂੰ ਪੂਰਾ ਕਰਨ ਦੇ ਲਈ ਅਕਾਦਮਿਕ ਪਾਠਕ੍ਰਮ ਦੇ ਨਾਲ ਜੋੜਿਆ ਜਾ ਸਕੇਗਾ ਇਸ ਦੇ ਨਾਲ ਹੀ ਸਿਟੀ ਵੱਲੋਂ ਨਿਵੇਕਲੇਪਨ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਆਰਥਿਕ ਵਿਕਾਸ ਦੀਆਂ ਕੀਮਤਾਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਪੂਰਪਾਏਗਾ ਰਲ ਕੇ ਅਸੀਂ ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰ ਸਕਾਂਗੇ ਤੇ ਆਪਣੀ ਸਿਟੀ ਦੀ ਸਮਰੱਥਾ ਦੇ ਦਰਸ਼ਨ ਕਰਵਾ ਸਕਾਂਗੇ ਕ੍ਰੌਂਬੀ ਨੇ ਆਖਿਆ ਕਿ ਨਾ ਸਾਰੀਆਂ ਗੱਲਾਂ ਨਾਲੋਂ ਵੀ ਪਰੇ ਇਸ ਭਾਈਵਾਲੀ ਵਿੱਚ ਮੁੱਖ ਤੌਰ ਉੱਤੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਜਿਸ ਨਾਲ ਅਸੀਂ ਨਵੇਂ ਟੈਲੈਂਟ ਦਾ ਨਿਰਮਾਣ ਕਰਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਮਿਲ ਸਕਣਗੇ ਤੇ ਕਾਰੋਬਾਰਾਂ ਨੂੰ ਵਧੀਆ ਟੈਲੈਂਟ ਮਿਲ ਸਕੇਗਾ ਇਹ ਨਵਾਂ ਸਮਝੌਤਾ 1 ਜੂਨ 2023 ਤੋਂ ਪ੍ਰਭਾਵੀ ਹੋਣ ਜਾ ਰਹੇ ਹਾਂ ਇਸ ਦੌਰਾਨ ਸ਼ੈਰੀਡਨ ਦੀ ਪ੍ਰੈਜ਼ੀਡੈਂਟ ਤੇ ਵਾਈਸ ਚਾਂਸਲਰ ਡਾਕਟਰ ਜਾਨੈਟ ਨੇ ਆਖਿਆ ਕਿ ਸ਼ੈਰੀਡਨ ਕਾਲਜ ਤੇ ਸਿਟੀ ਆਫ ਮਿਸਿਸਾਗਾ ਦੇ ਸੰਬੰਧ ਕਾਫੀ ਡੂੰਘੇ ਨੇ ਸ਼ੈਰੀਡਨ ਕਾਰੋਬਾਰਾਂ ਸਰਕਾਰਾਂ ਤੇ ਕਮਿਊਨਿਟੀਜ਼ ਦੀ ਲੰਬੇ ਸਮੇਂ ਤੋਂ ਨਵੇਕਲੇ ਹੱਲ ਕੱਢਣ ਦੇ ਮਾਮਲੇ 'ਚ ਮਦਦ ਕਰਦਾ ਰਿਹਾ ਸਾਡੇ ਪ੍ਰੋਗਰਾਮ ਲੋਕਲ ਅਰਥਚਾਰੇ ਦੀਆਂ ਲੋੜਾਂ ਪੂਰੀਆਂ ਕਰਨ ਦੇ ਹਿਸਾਬ ਦੇ ਨਾਲ ਹੀ ਤਿਆਰ ਕੀਤੇ ਗਏ ਨੇ ਇਸ ਦੇ ਨਾਲ ਹੀ ਅਸੀਂ ਆਪਣੇ ਵਿਦਿਆਰਥੀਆਂ ਦੀ ਸਫਲਤਾ ਵੀ ਪੂਰਾ ਧਿਆਨ ਰੱਖਦੇ ਹਾਂ ਉਹਨਾਂ ਨੇ ਆਖਿਆ ਕਿ ਇਸ ਦਹਾਕੇ ਤੋਂ ਵੀ ਲੰਬੇ ਸਮੇਂ ਤੋਂ ਸਿੱਤੀ ਦੇ ਸ਼ੈਰੀਡਨ ਕਾਲਜ ਦੇ ਨਾਂ ਸੰਬੰਧਾਂ ਦੇ ਅਕਾਦਮਿਕ ਉਚਾਈਆਂ ਸ਼ੂਨ ਤੇ ਟੈਕਨੋਲੋਜੀ ਤੇ ਬਿਜ਼ਨਸ ਦੇ ਨਾਲ ਸੰਬੰਧੀ ਬੁਲੰਦੀਆਂ ਸ਼ਹੋਂਚ ਕੋਈ ਅਸਰ ਨਹੀਂ ਏਸਾਂ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੀਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ